जगजीत संधू साहब गल कर रहे हो? हाँ जी, हाँ जी भाजी, सिमरनजोत मक्कड़ गल कर रहे हैं भाजी। हाँ जी भाजी, की हाल है जी? तुसी ठीक हो भाजी? हाँ जी, हाँ जी, मैं वधिया, ठीक ठाक। भाजी थोड़े ते 295 दा पर्चा दर्ज होया है, हाँ ते जी, लोकां च इस गल दा गुस्सा है कि तुसी यीशु मसीह बारे गलत जेड़ा फिल्म च दिखाया है, ये क्यों होया जी? हाँ जी, मैनू भी भाजी हुणी पता लग गया कि ये इदां दा कुछ होया है ना मेरे ते जलंधर दे विच। जी ਤੇ ਮੈਂ ਤਾਂ ਹੈਰਾਨ ਗਾ ਕਿ ਇਸ ਗੱਲ ਤੇ, ਆਈ ਡੋਨਟ ਨੋ ਵੀ ਐਡੀ ਐਡਾ ਈਜ਼ੀ ਹੋ ਗਿਆ ਇਹ ਕੰਮ ਹੋਣਾ, ਹੈ ਨਾ ਕਿ ਹੈਰਾਨ ਕਮ ਕਿਉਂ ਸੇ। ਤੁਸੀਂ? ਜੇ ਤੁਸੀਂ ਕਿਸੇ ਦੇ ਧਰਮ ਦੇ ਖਿਲਾਫ ਕੁਝ ਬਣਾਇਆ ਤਾਂ ਇਹ ਚੀਜ਼ ਹੋਣੀ ਸੀ ਤੁਹਾਡੇ ਤੇ। ਨਹੀਂ ਕਿਸੇ ਦੇ ਖਿਲਾਫ, ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਜੀ। ਪਹਿਲਾਂ ਇਸ ਗੱਲ ਦੀ ਪੁਸ਼ਟੀ ਤਾਂ ਕਰਨੀ ਚਾਹੀਦੀ ਹੈ ਨਾ। ਮੈਂ ਵੀਡੀਓ ਆਡੀਓ ਦੇਖੀਆਂ ਸੀਗੀਆਂ, ਕੁਝ ਵਾਇਰਲ ਹੁੰਦੀਆਂ, ਜੀ ਤੇ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਤਾਂ ਹੁਣ ਕੋਰਾ ਝੂਠ ਹੁੰਦਾ। ਉਹਨਾਂ ਨੇ ਗਾਣਾ ਆਪਣਾ ਲਾਤਾ ਪਿੱਛੇ, ਹੈ ਨਾ, ਉਹ ਕੁਛ ਜਿਹੜਾ ਇਹਨਾਂ ਦੀ ਯਿਸੂ, ਸਿਰਜਣ। ਜਿਹੜਾ ਮੇਰਾ ਹਾਂਜੀ ਯਿਸੂ ਹਾਂਜੀ ਯਿਸੂ ਗਾਣਾ ਲੱਗਿਆ ਹੈ, ਹਾਂਜੀ ਉਹ ਹਾਂਜੀ, ਤੁਸੀਂ ਫਿਲਮ 'ਚ ਨਹੀਂ ਲਾਇਆ? ਉਹ ਫਿਲਮ 'ਚ ਗਾਣਾ ਹੈ ਹੀ ਨਹੀਂ ਜੀ। ਉਹ ਗਾਣਾ ਸੋਸ਼ਲ ਮੀਡੀਆ ਤੇ ਪਾਇਆ ਹੋਇਆ ਕਿਸੇ ਨੇ, ਉਹ ਰੀਲਾਂ ਅੱਗੇ ਵਾਇਰਲ ਹੋਈ ਜਾਂਦੀਆਂ, ਤੇ ਉਹਨਾਂ ਨੂੰ ਐ ਲੱਗਦਾ ਵੀ ਇਹ ਗਾਣਾ ਇਹਨਾਂ ਨੇ ਫਿਲਮ 'ਚ ਪਾਇਆ ਹੋਇਆ। ਤੇ ਦੂਜਾ ਜਿਹੜਾ ਫਿਲਮ 'ਚ ਜਿਹੜਾ ਐਕਟ ਕੀਤਾ ਗਿਆ ਨਾ, ਇਸ ਤੋਂ ਪਹਿਲਾਂ ਵੀ ਬੜੇ ਪਖੰਡੀ ਸਾਧਾਂ ਦੇ ਫਿਲਮਾਂ ਦੇ ਵਿੱਚ ਰੋਲ ਹੋਏ ਨੇ, ਹੈ ਨਾ, ਉਹ ਜੀ ਆਤਮਾਵਾਂ ਕੱਢਦੇ ਨੇ, ਤੇ ਉਹ ਜੀ ਇਦਾਂ ਦਾ ਬਹੁਤ ਸਾਰੀਆਂ ਫਿਲਮਾਂ 'ਚ ਇਦਾਂ ਹੁੰਦਾ ਆਇਆ, ਹੈ ਨਾ। ਤੇ ਮੈਂ ਹੈਰਾਨ ਆ ਵੀ ਇੱਕ ਸੋਸ਼ਲ ਮੀਡੀਆ ਦੇ ਆਧਾਰ ਤੇ ਤੁਸੀਂ ਇਹ ਚੀਜ਼ ਇਕੱਠੇ ਹੋ ਕੇ ਕਿਸੇ ਦੇ ਨਹੀਂ, 295 ਤੁਸੀਂ ਇਹ ਕਹਿ ਰਹੇ ਹੋ ਕਿ ਕਰ ਦੇਣਾ। ਤੁਸੀਂ ਉਹ ਗਾਣਾ ਨਹੀਂ ਲਾਇਆ ਤੇ ਕਿਸੇ ਹੋਰ ਨੇ ਲਾਤਾ ਉਹ ਗਾਣਾ? ਹਾਂਜੀ ਹਾਂਜੀ, ਉਹ ਪਤਾ ਨਹੀਂ ਕਿਹਨੇ ਕਿਹਨੇ ਲਾਇਆ, ਲਾਇਆ ਫਿਰ ਉਹ ਗਾਣਾ ਭਾਜੀ? ਉਹ ਆਪਣੇ ਪੇਜਾਂ ਤੇ, ਹੁਣ ਤੁਹਾਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਤੇ ਕਿੰਨਾ ਝੂਠਾ ਵਾਇਰਲ ਹੁੰਦਾ, ਹੈ ਨਾ। ਤੇ ਉਹ ਗਾਣਾ ਤਾਂ ਅਸੀਂ ਬਿਲਕੁਲ ਨਹੀਂ ਯੂਜ਼ ਕੀਤਾ। ਤੁਸੀਂ ਜਾ ਕੇ ਫਿਲਮ ਦੇਖੋ, ਉਹ ਫਿਲਮ ਦੇ ਵਿੱਚ ਪੂਰਾ ਐਕਟ ਹੈ ਜਿਹਦੇ ਵਿੱਚ ਉਹ ਕਹਿੰਦਾ ਬਿਜਲੀ ਵਾਲਾ ਬਾਬਾ ਅਸੀਂ ਬਣਾਇਆ ਹੋਇਆ, ਹੈ ਨਾ, ਤੇ ਉਹ ਜੀ ਆਤਮਾਵਾਂ ਕੱਢਦਾ, ਹੈ ਨਾ। ਤੇ ਆਈ ਡੋਨਟ ਨੋ, ਮੈਂ ਤਾਂ ਕਿਸੇ ਸਾਰੇ ਧਰਮਾਂ ਨਹੀਂ, ਦੀ ਰਿਸਪੈਕਟ ਕਰਦਾ। ਕੀ ਇਹ ਤੁਹਾਡਾ ਜਿਹੜਾ ਕਟਾਕਸ਼ ਹੈ ਈਸਾਈ ਧਰਮ ਤੇ ਹੈ ਇਹ? ਜਿਵੇਂ ਬਿਲਕੁਲ ਨਹੀਂ ਉਹਨਾਂ ਹੈਗਾ ਬਾਰੇ ਜੀ, ਬਹੁਤ ਚਰਚਾ ਹੁੰਦੀ ਹੈ ਵੀ। ਇਦਾਂ ਦਾ ਕੁਝ ਨਹੀਂ ਹੈਗਾ ਭਾਜੀ, ਤੁਹਾਨੂੰ ਮੈਂ ਦੱਸਦਾ। ਇਹ ਫਿਲਮ ਓਵਰਸੀਜ਼ ਵੀ ਰਿਲੀਜ਼ ਹੋਈ ਹੈ ਨਾ, ਤੇ ਜੀ ਕੋਈ ਵੀ ਫਿਲਮ ਬਿਨਾ ਸੈਂਸਰ ਸਰਟੀਫਿਕੇਟ ਤੋਂ ਚੱਲ ਤਾਂ ਸਕਦੀ ਨਹੀਂ। ਜੀ ਉਹਦੇ ਤੇ ਇੰਨੀ ਕਮੇਟੀ ਬਹਿੰਦੀ ਹੈ ਵੀ ਜੇ ਕੋਈ ਉਹਨਾਂ ਨੂੰ ਇਸ਼ੂ ਹੁੰਦਾ ਤਾਂ ਉਹ ਵੀ ਕੱਢ ਦਿੰਦੇ। ਇਹ ਫਿਲਮ ਤਾਂ ਬਾਹਰ ਵੀ ਰਿਲੀਜ਼ ਹੋਈ ਹੈ ਜਿੱਥੇ ਕਮਿਊਨਿਟੀ ਬਹੁਤ ਜ਼ਿਆਦਾ, ਹੈ ਨਾ, ਉਹਨਾਂ ਨੂੰ ਕੋਈ ਇਸ਼ੂ ਨਹੀਂ ਹੋਇਆ। ਤੇ ਆਪਣੇ ਇੰਡੀਆ 'ਚ ਵੀ ਸਾਨੂੰ ਸੈਂਸਰ ਬੋਰਡ ਫਿਲਮ ਦਿਖਾ ਕੇ ਸਾਨੂੰ ਸਰਟੀਫਿਕੇਟ ਦਿੰਦਾ, ਹੈ ਨਾ। ਜੇ ਕੋਈ ਇਸ਼ੂ ਹੁੰਦਾ ਤਾਂ ਸਾਨੂੰ ਸੈਂਸਰ ਬੋਰਡ ਨੇ ਕੱਢ ਦੇਣਾ ਸੀਗਾ ਵੀ ਇਹਦੇ ਨਾਲ ਮਾਹੌਲ ਖਰਾਬ ਹੋਊਗਾ। ਤੇ ਮੈਨੂੰ ਪਰ ਲੱਗਦਾ ਇਹ ਹਰ ਬੰਦਾ ਹੀ ਅੱਜ ਕੱਲ੍ਹ ਬਹੁਤ ਸੌਖਾ ਹੋ ਜਿਨ੍ਹਾਂ ਦਾ ਗਿਆ ਇਸ਼ਟ ਹੈ ਉਹਨਾਂ ਨੂੰ ਤਾਂ ਆਰਟਿਸਟ ਨਾਲ ਠੇਸ ਜਿਹੜੇ ਪਹੁੰਚੀ ਨਾ ਕੱਲ ਨੂੰ। ਜੇ ਤੁਸੀਂ ਸਿੱਖ ਧਰਮ ਤੋਂ, ਜੇ ਸਿੱਖੀ ਬਾਰੇ ਕੋਈ ਇਸ ਤਰ੍ਹਾਂ ਬਣਾ ਕੇ ਪਾਵੇ ਤਾਂ ਤੁਹਾਨੂੰ ਵੀ ਤਾਂ ਬੁਰਾ ਲੱਗੂ ਨਾ ਭਾਜੀ? ਭਾਜੀ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਪਰ ਜੇ ਇਦਾਂ ਕਰਾਂਗੇ ਤਾਂ ਬਣਦਾ ਨਾ, ਵੀ ਜੇ ਅਸੀਂ ਇਸ ਤਰ੍ਹਾਂ ਕਰਾਂਗੇ। ਮੈਂ ਵੀ ਇੰਡੀਆ 'ਚ ਹੀ ਰਹਿੰਦਾ, ਹੈ ਨਾ, ਮੈਨੂੰ ਵੀ ਇੱਕ ਇੱਕ ਚੀਜ਼ ਦੀ ਅਹਿਮੀਅਤ ਦਾ ਪਤਾ, ਹੈ ਨਾ। ਪਹਿਲੀ ਗੱਲ ਵੀ ਜੇ ਉਹਨਾਂ ਦਾ ਕਿਤੇ ਵੀ ਨਾਂ ਲਿਆ ਹੋਇਆ ਤੁਹਾਨੂੰ ਤਾਂ ਦੱਸ ਦੇਣਾ, ਹੈ ਨਾ। ਅਸੀਂ ਉਹਨਾਂ ਦਾ ਕੋਈ ਕੋਈ ਕੁਛ ਵੀ ਯੂਜ਼ ਕੀਤਾ ਜਦੋਂ ਇਹ ਹੋਵੇ ਪਰਚਾ ਸਾਨੂੰ ਹੋਇਆ ਤਾਂ ਉਦੋਂ ਦੱਸ ਦਿਓ। ਪਹਿਲਾਂ ਕੋਈ ਇਨਵੈਸਟੀਗੇਸ਼ਨ ਨਹੀਂ ਤੁਹਾਨੂੰ ਪੁੱਛਿਆ ਮੈਂ ਨਹੀਂ ਉਹਦੇ ਨੇ ਹੈਰਾਨ ਬੁਲਾ ਆ ਵੀ ਕੇ? ਸਾਨੂੰ ਕਮ ਸੇ ਕਮ ਪੁੱਛ ਤੋ ਲਓ, ਸਾਡਾ ਕੋਈ ਪੱਖ ਦਾ ਕੋਈ ਗੱਲ ਦਾ ਕਰ ਲਵੇ। ਮੈਨੂੰ ਤਾਂ ਅੱਜ ਸ਼ਾਮ ਨੂੰ ਪਤਾ ਲੱਗਿਆ, ਮੈਂ ਆਪਣੇ ਕੰਮਾਂ 'ਚ ਬਿਜੀ ਸੀਗਾ, ਕਿ ਕਮ ਸੇ ਕਮ ਇੱਕ ਵਾਰ ਇਨਵੈਸਟੀਗੇਸ਼ਨ ਤਾਂ ਹੋਣੀ ਚਾਹੀਦੀ ਹੈ ਨਾ। ਐ ਥੋੜੀ ਵੀ ਕੋਈ ਵੀ 50 ਬੰਦੇ ਜਾ ਕੇ ਇਕੱਠੇ ਹੋ ਗਏ ਤੇ ਪਰਚਾ ਕਰਾ ਦੇਣ। 50 ਬੰਦੇ ਤਾਂ ਮੈਂ ਇਕੱਠੇ ਕਰ ਲੈਣਾ, ਮੈਂ 50 ਛੱਡੋ ਮੈਂ 50,000 ਕਰ ਲੈਣਾ। ਐ ਥੋੜੀ ਹੋਣਾ ਚਾਹੀਦਾ ਤੁਹਾਡਾ ਵੀ ਇਹ ਜਿਹੜਾ ਕਿਸੇ ਤੇ ਵੀ। ਕਟਾਕਸ਼ ਹੈ ਫਿਲਮ 'ਚ ਕਿਹਦੇ ਤੇ ਤੁਸੀਂ ਤੰਜ ਕੱਸਿਆ? ਭਾਜੀ ਮੈਂ ਦੱਸਦਾ, ਤੁਸੀਂ ਫਿਲਮ ਦੇਖੋਗੇ ਨਾ, ਜਦੋਂ ਫਿਲਮ ਦੇ ਵਿੱਚ ਬਹੁਤ ਸਾਰੇ ਇਸ਼ੂ ਨੇ ਜੋ ਸੱਚ ਦਿਖਾਇਆ ਗਿਆ ਹੈ ਨਾ। ਕਲਾਕਾਰ ਦਾ ਐਜ਼ ਅ ਆਰਟਿਸਟ ਸਾਡਾ ਕੰਮ ਹੈ ਕਿ ਜੋ ਹੁੰਦਾ, ਅਸੀਂ ਧਰਮ ਬਾਰੇ ਬਿਲਕੁਲ ਕਿਸੇ ਦੇ ਗਲਤ ਨਹੀਂ ਬੋਲ ਸਕਦੇ। ਹਾਂ ਅਸੀਂ ਭਰਮ ਬਾਰੇ ਜ਼ਰੂਰ ਬੋਲ ਸਕਦੇ ਹਾਂ ਕਿ ਜੋ ਸਾਡੇ ਸਾਡੇ ਸੋਸਾਇਟੀ ਦੇ ਵਿੱਚ ਜੋ ਚੱਲ ਰਿਹਾ ਹੈ ਨਾ, ਪਖੰਡਵਾਦ ਲਾ ਲਓ ਜਾਂ ਕੋਈ ਵਹਿਮ ਭਰਮ ਚੱਲ ਰਹੇ ਨੇ, ਉਹ ਤੇ ਅਸੀਂ ਕਟਾਕਸ਼ ਕਰ ਸਕਦੇ ਹਾਂ, ਅਸੀਂ ਉਹਨੂੰ ਡਾਇਰੈਕਟਲੀ ਨਹੀਂ ਕਹਿ ਸਕਦੇ। ਤਾਂ ਤੁਸੀਂ ਇਹ ਜਿਹੜਾ ਇਹ ਕੀਤਾ ਜੋ, ਕਿਉਂਕਿ ਵੀਡੀਓ ਮੈਂ ਵੀ ਦੇਖੀ ਇੰਸਟਾਗ੍ਰਾਮ ਤੇ ਹਾਂਜੀ ਹੁਣੇ ਹਾਂਜੀ ਤੁਹਾਨੂੰ ਹਾਂਜੀ ਫੋਨ ਲਾਉਣ ਤੋਂ ਪਹਿਲਾਂ,
ਹਾਂਜੀ ਤੁਸੀਂ ਹਾਂਜੀ ਕਹਿੰਦੇ ਹੋ ਤੂੰ 1,000 ਛੱਡ, ਮੈਂ 5,000 ਲੈ ਕੇ ਦਿਖਾਉਣਾ, ਤੇ ਉਸ ਤੋਂ ਬਾਅਦ ਸਟੇਜ ਤੇ ਮੇਰਾ ਯਿਸੂ ਯਿਸੂ ਦੇ ਉੱਤੇ ਨੱਚ ਰਹੇ ਹੋ। ਉਹ ਫਿਲਮ 'ਚ ਹਾਂਜੀ ਤੁਸੀਂ ਕਹਿ ਰਹੇ ਹੋ ਉੱਥੇ ਉਹ ਕੋਈ ਹੋਰ ਗੀਤ ਲੱਗਿਆ ਹੋਇਆ? ਫਿਲਮ 'ਚ ਗਾਣਾ ਹੈ ਹੀ ਨਹੀਂ। ਹਾਂਜੀ ਉਹ ਫਿਲਮ ਦੇ ਵਿੱਚ ਉਹ ਬਿਜਲੀ ਵਾਲੇ ਬਾਬਾ ਦਾ, ਜੇ ਤੁਸੀਂ ਫਿਲਮ ਦੇਖੋਗੇ ਨਾ, ਉਹ ਪੂਰਾ ਸੀਨ ਇਦਾਂ ਕਿ ਬਿਜਲੀ ਵਾਲਾ ਬਾਬਾ ਇੱਕ ਉਹਦੇ ਕੋਲ ਜਾਂਦਾ, ਉਹ ਆਪਣੇ ਐਕਟ ਕਰਾਉਣ ਦੇ ਪੈਸੇ ਲੈਂਦਾ ਹੈ ਨਾ। ਪਰ ਭਾਜੀ ਤੁਸੀਂ ਹੁਣ ਪੰਜਾਬ ਦੇ ਸੀਨੀਅਰ ਆਰਟਿਸਟ ਹੋ, ਜਦੋਂ ਇਹ ਵੀਡੀਓ ਪਹਿਲੀ ਵਾਰੀ ਬਣੀ ਤੁਸੀਂ ਉਦੋਂ ਆ ਕੇ ਲੋਕਾਂ 'ਚ ਕਲੈਰੀਫਿਕੇਸ਼ਨ ਦੇ ਦਿੰਦੇ? ਤੁਸੀਂ ਵੀ ਤਾਂ ਭਾਜੀ ਵੇਟ ਅੱਜ ਕੀਤੀ ਕੱਲ੍ਹ ਨਾ, ਤੁਹਾਨੂੰ ਮੈਂ ਤੁਸੀਂ ਵੀ ਦੱਸਦਾ, ਤਾਂ ਚਾਹੁੰਦੇ ਸੀ ਵੀ ਇਹ ਹੋਵੇ। ਨਹੀਂ ਨਹੀਂ ਜੇ ਅਸੀਂ ਪਹਿਲਾਂ ਆ ਕੇ ਬੋਲਦੇ ਹਾਂ ਨਾ, ਫਿਰ ਆਰਟਿਸਟ ਨੂੰ ਟਾਰਗੇਟ ਕੀਤਾ ਜਾਂਦਾ ਕਿ ਆਪਣੀ ਫਿਲਮ ਨੂੰ ਹਿੱਟ ਕਰਨ ਲਈ ਐ ਕਰ ਰਿਹਾ, ਤੇ ਮੈਂ ਨਹੀਂ ਚਾਹੁੰਦਾ ਹੁੰਦਾ ਕਿ ਮੈਂ ਕਿਉਂ ਜਵਾਬ ਦਵਾਂ ਕਿਸੇ ਦਾ ਨਾ, ਕਿਉਂਕਿ ਸੋਸ਼ਲ ਮੀਡੀਆ 'ਚ ਤਾਂ ਉਹ 80% ਦਾ ਝੂਠ ਹੀ ਚੱਲਦਾ ਹੈ ਨਾ, ਤੇ ਮੈਂ ਆ ਕੇ ਕਰੂੰਗਾ। ਹੁਣ ਸਾਡੀ ਫਿਲਮ ਚੰਗੀ ਭਰੀ ਚੱਲ ਰਹੀ ਹੈ ਨਾ, ਮੈਨੂੰ ਲੱਗਦਾ ਕਿਸੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਨਾ, ਫਿਲਮ ਹਰ ਪਾਸੇ ਹਾਊਸਫੁੱਲ ਜਾ ਰਹੀ ਹੈ, ਤੇ ਉਹਨਾਂ ਨੂੰ ਲੱਗਦਾ ਕਿ ਹੁਣ ਟਾਰਗੇਟ ਕਰਨਾ ਸੌਖਾ ਹੋ ਗਿਆ, ਤੇ ਇਹਨੂੰ ਆਪਾਂ ਟਾਰਗੇਟ ਕਰਦੇ ਹਾਂ। ਤੁਸੀਂ ਹੁਣ ਪਾ ਦਿਓ, ਹੁਣ ਤਾਂ ਕਲੈਰੀਫਿਕੇਸ਼ਨ ਦੇ ਹੀ ਸਕਦੇ ਹੋ ਨਾ ਤੁਸੀਂ ਮੈਂ ਆਪਣੇ। ਕਹਿੰਦਾ ਪਹਿਲਾਂ ਹੁਣ ਤਾਂ ਪ੍ਰੋਸੀਜਰ, ਹੁਣ ਤਾਂ ਜੇ ਐਫ ਆਈ ਆਰ ਹੋ ਹੀ ਗਈ ਭਾਜੀ, ਹੁਣ ਤਾਂ ਮੈਨੂੰ ਪ੍ਰੋਟੋਕਾਲ ਨੂੰ ਫੋਲੋ ਕਰਾਂਗੇ ਨਾ, ਵੀ ਹੁਣ ਤਾਂ ਜੇ ਹੋ ਗਿਆ ਤਾਂ ਮੈਨੂੰ ਲੱਗਦਾ ਹੁਣ ਕੋਰਟ ਡਿਸਾਈਡ ਕਰੂਗਾ ਇਹਦੇ 'ਚ। ਆਪਾਂ ਬੋਲ ਕੇ ਕਿਸੇ ਨਾਲ ਅੱਜ ਦੀ ਡੇਟ 'ਚ ਬਹਿਸ ਹੀ ਨਹੀਂ ਸਕਦੇ ਕਿਸੇ ਨਾਲ। ਮੈਂ ਭਾਜੀ ਇੱਦਾਂ ਚਾਹੁੰਦਾ ਹੀ ਨਹੀਂ ਕਿ ਮੈਂ ਬੋਲ ਕੇ ਫੇਮਸ ਹੋਵਾਂ ਨਾ, ਰੱਬ ਨੇ ਇੱਥੇ ਤੱਕ ਬਚਾਇਆ, ਮਿਹਨਤ ਕਰਕੇ ਬਚਾਇਆ ਹੈ ਨਾ, ਆਹ ਕੰਮਾਂ ਕਰਕੇ ਨਹੀਂ ਅਸੀਂ ਫਿਲਮ ਹਿੱਟ ਕਰਾਈ ਜਾਂ ਹਿੱਟ ਕਰਾ ਰਹੇ ਹਾਂ। ਫਿਲਮ ਚੰਗੀ ਆ, ਲੋਕ ਦੇਖ ਰਹੇ ਆ, ਉਹਨਾਂ ਨੂੰ ਤਾਂ ਕਿਸੇ ਨੂੰ ਪ੍ਰੋਬਲਮ ਨਹੀਂ ਹੋਈ। ਲੋਕ ਤਾਂ ਇਹ ਗੱਲਾਂ ਅਕਸਰ ਹੀ ਹੁੰਦੀਆਂ ਜਦੋਂ ਪਰਚਾ ਦਰਜ ਹੋ ਜੇ ਵੀ ਫਿਲਮ ਹਿੱਟ ਕਰਾਉਣ ਵਾਸਤੇ ਸ਼ਾਇਦ ਕਰ ਲਿਆ ਹੋਣਾ। ਤੁਸੀਂ ਤਾਂ ਕਹਿ ਰਹੇ ਹੋ ਹਾਂਜੀ ਫਿਲਮ ਹਾਂਜੀ, ਆਲਰੇਡੀ ਹਿੱਟ ਹੈ। ਮੈਂ ਤਾਂ ਕਹਿ ਰਿਹਾ ਵੀ ਹਿੱਟ ਆ, ਲੋਕ ਭਰ ਭਰ ਕੇ ਦੇਖ ਰਹੇ ਨੇ, ਅੱਜ ਵੀ ਹਾਊਸਫੁੱਲ ਹੈ ਨਾ, ਤੇ ਅਸੀਂ ਜਾਂ ਤਾਂ ਪਹਿਲਾਂ ਕਰਾਉਂਦੇ, ਫਿਰ ਅਗਲਾ ਕਹਿੰਦਾ ਵੀ ਤੁਸੀਂ ਜਾਣ ਕੇ ਕਰ ਰਹੇ ਹੋ ਨਾ, ਇਹ ਕਰ ਰਹੇ ਹੋ ਨਾ। ਪਰ ਮੈਨੂੰ ਐ ਲੱਗਦਾ ਵੀ ਕੁਛ ਵੀ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਵੀ ਥੋੜਾ ਦੇਖਣਾ ਚਾਹੀਦਾ, ਵੀ ਇਨਵੈਸਟੀਗੇਸ਼ਨ ਇਸ ਚੀਜ਼ ਦੀ ਪੂਰੀ ਕਰੋ। ਇੱਥੇ ਫਿਲਮ ਐਵੇਂ ਨਹੀਂ ਆਪਾਂ ਯੂਟਿਊਬ ਤੇ ਪੈ ਗਈ, ਇੱਥੇ ਸੈਂਸਰ ਬੋਰਡ ਬੈਠਾ, ਉੱਥੇ ਕਮੇਟੀ ਬੈਠੀ ਹੈ, ਉਹ ਪੂਰਾ ਦੇਖਦੇ ਆ, ਜੇ ਉਹਨਾਂ ਨੂੰ ਕੋਈ ਇਸ਼ੂ ਹੋਵੇ ਤਾਂ ਸੈਂਸਰ ਹੀ ਨਹੀਂ ਮਿਲਦਾ। ਤੁਸੀਂ ਈਸਾਈ ਧਰਮ ਦਾ ਸਤਿਕਾਰ ਕਰਦੇ ਹੋ? ਬਿਲਕੁਲ ਕਰਦੇ ਆ ਜੀ, ਕਿਉਂ ਨਹੀਂ ਕਰਦੇ, ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਉਹ ਤਾਂ ਫਿਲਮ 'ਚ ਵੀ ਸਾਡੇ ਸੀਨ ਹੈ ਕਿ ਰੱਬ ਇੱਕ ਹੈ ਨਾ, ਨਾਮ ਵੱਖੋ ਵੱਖਰੇ ਹੈ, ਉਹ ਤਾਂ ਫਿਲਮ 'ਚ ਵੀ ਅਸੀਂ ਇਹੀ ਕਹਿ ਰਹੇ ਹਾਂ। ਤੇ ਮੈਂ ਤਾਂ ਹੈਰਾਨ ਹਾਂ ਇਸ ਗੱਲ ਤੋਂ ਵੀ ਇੱਦਾਂ ਦਾ ਇਸ਼ੂ ਬਣ ਕਿੱਦਾਂ ਜਾਂਦਾ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਭਾਲਦੇ ਰਹਿੰਦੇ ਆ ਬੈਠ ਕੇ ਕਿਤੇ ਵੀ ਕੋਈ ਸਾਨੂੰ ਇੱਦਾਂ ਦਾ, ਕਿਉਂਕਿ ਲੱਗਦਾ ਕਿ ਸੌਫਟ ਟਾਰਗੇਟ ਨੇ ਆਰਟਿਸਟ ਹੈ ਨਾ, ਵੀ ਪਤਾ ਹੈਗਾ ਵੀ ਇਹਨਾਂ ਨੇ ਜਵਾਬ ਤਾਂ ਦੇਣਾ ਨਹੀਂ, ਵੀ ਇਹਨਾਂ ਨੂੰ ਬੋਲ ਕੇ ਨਾਲੇ ਫੇਮਸ ਜੀ ਹੋ ਜਾਂਦੇ ਆ, ਨਾਲੇ ਸਭ ਨੂੰ ਐ ਹੁੰਦੀ ਆ ਵੀ ਚਾਰੇ ਪਾਸੇ ਸਾਡੀ ਚਰਚਾ ਹੋ ਜੇ। ਹੁਣ ਕਾਰਵਾਈ ਤਾਂ 295 ਦਾ ਪਰਚਾ ਤੁਹਾਡੇ ਤੇ, ਅਰੈਸਟ ਹੋ ਸਕਦੀ ਹੈ ਤੁਹਾਡੀ? ਹਾਂਜੀ ਹਾਂਜੀ ਭਾਜੀ, ਪੂਰਾ ਕੋਆਪਰੇਟ ਕਰਾਂਗੇ ਹੈ ਨਾ, ਪਹਿਲਾਂ ਲੀਗਲੀ ਜਿੱਡੀ ਵੀ ਮੇਰੀ ਟੀਮ ਹੈ ਨਾ, ਉਹ ਅਸੀਂ ਇਹਨੂੰ ਪਹਿਲਾਂ ਆਪ ਹੀ ਪੜਚੋਲ ਕਰ ਰਹੇ ਹਾਂ ਵੀ ਹੋਇਆ ਕਿੱਦਾਂ ਹੈ ਨਾ, ਸਾਨੂੰ ਵੀ ਹੁਣੇ ਇਨਫੋਰਮੇਸ਼ਨ ਮਿਲੀ ਹੈ, ਬਾਕੀ ਜੋ ਵੀ ਪ੍ਰੋਟੋਕੋਲ ਨੂੰ ਫੋਲੋ ਕਰਦੇ ਅਸੀਂ ਕਰਾਂਗੇ, ਪੂਰਾ ਕੋਆਪਰੇਟ ਕਰਾਂਗੇ। ਬਾਕੀ ਕੋਰਟ ਡਿਸਾਈਡ ਕਰੂਗਾ ਹੈ ਨਾ, ਇਹ ਸਾਰਾ ਬੇਬੁਨਿਆਦ ਹੈ, ਸਾਡੇ ਕੋਲ ਪੂਰੇ ਓਰਿਜਿਨਲ ਕਲਿਪਸ ਪਏ ਆ ਨਾ ਫਿਲਮ ਦੇ, ਅਸੀਂ ਉਹ ਕੋਰਟ ਨੂੰ ਦਿਖਾਵਾਂਗੇ, ਤੇ ਪੂਰਾ ਉਹਦੇ ਨਾਲ ਦੇਖਾਂਗੇ ਫਿਰ ਕੋਰਟ ਕੀ ਫੈਸਲਾ ਕਰਦਾ। ਠੀਕ ਹੈ, ਬਹੁਤ ਧੰਨਵਾਦ ਜਗਜੀਤ ਸੰਧੂ ਸਾਹਿਬ ਗੱਲ ਕੀਤੀ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ।